ਉੱਥੇ ਗੱਲਾਂ ਕਰ ਰਹੇ ਸੀ, ਇਹ ਅਚਾਨਕ ਅੰਦਰ ਚਲੇ ਗਏ। ਅੰਦਰ ਆ ਕੇ ਇਹਨਾਂ ਨੇ ਬਾਹਰ ਦੇਖਿਆ ਜ਼ਿਆਦਾ, ਅਤੇ ਇਹਨਾਂ ਨੇ ਆ ਕੇ ਸਾਨੂੰ ਕਿਹਾ, ਕਹਿੰਦੇ ਸੱਪ। ਅਤੇ ਅਸੀਂ ਉੱਠ ਕੇ ਉਹਨਾਂ ਨੂੰ ਇਹਨਾਂ ਡੈਡੀ ਨੇ ਮਾਰਤਾ, ਅਤੇ ਉਦੋਂ ਬਾਅਦ ਅਸੀਂ ਬੈਠ ਗਏ ਉਹਨਾਂ ਨੂੰ ਮਾਰ ਕੇ। ਉਦੋਂ ਬਾਅਦ ਇਹ ਚਾਚਾ ਜੀ ਕਹਿੰਦੇ ਵੀ ਇਹ ਇੱਕ ਹੋਰ ਆਊਗਾ, ਵੀ ਆਪਾਂ ਬੈਠ ਜਾਓ ਇੱਥੇ। ਅਸੀਂ ਕਿਹਾ ਚਲੋ ਇੱਕੇ ਹੋਣਾ। ਉਦੋਂ ਬਾਅਦ ਫਿਰ ਇਹ 10-15-20 ਮਿੰਟਾਂ ਬਾਅਦ ਚਾਹ ਬਣਾ ਕੇ ਲੈ ਕੇ ਆਏ। ਇੱਧਰ ਉਹ ਦੇਖਿਆ ਉੱਥੇ ਇੱਕ ਹੋਰ, ਕਹਿੰਦੀ ਕਾਹਤੀ ਗਾ। ਫਿਰ ਸਾਨੂੰ ਤਸੱਲੀ ਹੋ ਗਈ ਵੀ ਸਾਡੀ ਬੇਟਿਆਂ ਦੀ ਜਾਨ ਇਹਨਾਂ ਨੇ ਲਿੱਤੀ ਆ। ਜਦੋਂ ਮਤਲਬ ਕਿ ਕੁੜੀਆਂ ਨੂੰ ਮੈਂ 2 ਦਿਨ ਲਾ ਕੇ ਇੱਥੋਂ ਵਾਪਸ ਚਲੀ ਗਈ ਅਤੇ ਮੈਂ ਵਾਪਸ ਆਈ, ਮੈਨੂੰ ਕਹਿੰਦੇ ਸਾਡੇ ਘਰ ਦੇ ਵਿੱਚ ਸੱਪ ਦੀ ਲੀਹ ਸੀਗੀ। ਮੇਰੇ ਮਨ ਨੂੰ ਬਸ ਐਂ ਹੋ ਗਿਆ ਵੀ ਇੱਥੇ ਹੀ ਹੋਣੇ, ਵੀ ਕਿਤੇ ਲੱਭ ਜਾਣ, ਵੀ ਕਿਤੇ ਇਹਨਾਂ ਦੀ ਵੀ ਜਾਨ ਨਾ ਲੈ ਲਏ। ਮੈਂ ਲੱਭਣੇ ਬਸ ਆਲੇ ਦੁਆਲੇ ਐਵੇਂ ਨਿਗਾਹ ਮਾਰਨੀ ਸ਼ੁਰੂ ਕਰਤੀ, ਐਵੇਂ ਫਿਰੀ ਗਈ ਟੋਰਚਾਂ ਲੈ ਕੇ, ਅਤੇ ਮੈਨੂੰ ਦੋਨੇ ਹੀ ਦਿਸ ਗਏ ਰਾਤ ਦੇ 9 ਵਜੇ ਦੇ ਵਿੱਚ ਦੋਨੋਂ। ਹਾਂਜੀ ਸੇਮ ਨੇ, ਜਿਹੜੇ ਪਹਿਲਾਂ ਨਿਕਲੇ ਇਸ ਵਾਲੀ ਸਾਈਡ ਨਿਕਲੇ ਉਹ ਥੋੜਾ ਮੋਟਾ ਸੀਗਾ, ਤੇ ਉਸ ਤੋਂ ਬਾਅਦ ਜਿਹੜਾ ਇਸ ਇਧਰਲੀ ਤਰਫ ਇਹ ਸੀਗਾ ਵੀ ਜਿਸ ਤਰੀਕੇ ਨਾਲ ਲੋਕਾਂ ਦੇ ਮੂੰਹ ਕਹਾਵਤ ਗੱਲਾਂ ਸੀਗੀਆਂ, ਪਰ ਉਹ ਅੱਜ ਜਗਜਾਰ ਹੋ ਚੁੱਕੀਆਂ ਨੇਗੀਆਂ। ਜਿਹੜੇ ਜੋ ਸੱਪਾਂ ਦਾ ਜੋੜਾ ਮਿਲੇਗਾ ਰਾਤ ਇਹਨਾਂ ਨੇ ਮਾਰਿਆ ਗਾ, ਤੇ ਇਸ ਤੋਂ ਪਤਾ ਲੱਗਦਾ ਗਾ ਵੀ ਬਾਕੀ ਉਹ ਇਹਨਾਂ ਦੇ ਕੱਟਣ ਦੇ ਨਾਲ ਹੀ ਉਹ ਗੁੜੀਆਂ ਦੀ ਜਵਾਕਾਂ ਦੀ ਮੌਤ ਹੋਈ ਹੈਗੀ, ਜੋ ਕਿ ਬਹੁਤ ਮੰਦਭਾਗੀ ਘਟਨਾ ਹੈਗੀ ਸਾਡੇ ਪਿੰਡ ਦੇ ਵਿੱਚ ਵਾਪਰੀ ਹੈ। ਮੈਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਇਹ ਉਮੀਦ ਕਰੂੰਗਾ ਕਿ ਉਹ ਜੋ ਆਪਣੇ ਆਲੇ ਦੁਆਲੇ ਜੋ ਗਾਜਰ ਬੂਟੀ ਹੁੰਦੀ ਹੈਗੀ, ਹੋਰ ਬਹੁਤ ਜ਼ਿਆਦਾ ਹੁੰਦੀ ਹੈਗੀ, ਉਸ ਦੇ ਵਾਸਤੇ ਕੋਈ ਪੰਚਾਇਤਾਂ ਨੂੰ ਮੁਆਵਜ਼ੇ ਵੀ ਦੇਣ, ਅਤੇ ਆਪਦੇ ਲੈਵਲ ਦੇ ਉੱਤੇ ਵੀ ਕੋਈ ਇਸ ਤਰੀਕੇ ਦਾ ਕੰਮ ਕਰਨ, ਤਾਂ ਕਿ ਜੋ ਇਹ ਜਿਹੜੀ ਗਾਜਰ ਬੂਟੀ ਹੁੰਦੀ ਹੈ ਹੋਰ ਆਲੇ ਦੁਆਲੇ ਘਰਾਂ ਦੇ ਹੁੰਦੀ ਹੈਗੀ ਗੰਦਗੀ, ਉਹਨੂੰ ਅਸੀਂ ਚੱਕ ਸਕੀਏ। ਅਤੇ ਅਸੀਂ ਸਰਕਾਰ ਤੋਂ ਇਹ ਵੀ ਮੰਗ ਕਰਦੇ ਹਾਂ ਕਿ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਵੀ ਸਾਨੂੰ ਇਹਨਾਂ ਦੇ ਪਰਿਵਾਰ ਨੂੰ ਕੋਈ ਨਾ ਕੋਈ ਮੁਆਵਜ਼ੇ ਦੀ ਵੀ ਸਹਾਇਤਾ ਵਾਸਤੇ ਅਸੀਂ ਮੰਗ ਕਰਦੇ ਹਾਂਗੇ ਕਿ ਮਿਲਣਾ ਚਾਹੀਦਾ। ਪਿਛਲੀ ਦਿਨੀ ਜੋ ਸਾਡੇ ਪਿੰਡ ਬੱਚਿਆਂ ਦੀ ਮੌਤ ਹੋਈ ਹੈ ਤਾਂ ਉਹ ਸਾਰਾ ਇਲਾਕਾ ਜਾਣੂ ਹੈ, ਉਹ ਵੀ ਸੱਪਾਂ ਦੇ ਕਾਰਨ ਹੀ ਹੋਈ ਹੈ। ਜੇ ਤੁਹਾਨੂੰ ਲਾਈਵ ਵੀ ਦਿਖਾਤਾ, ਇੱਕ ਤਾਂ ਸੱਪ ਮਾਰਿਆ, ਰਾਤ 2 ਮਾਰੇ, ਇੱਕ ਉਸ ਦਿਨ ਵੀ ਮਾਰਿਆ। ਬਾਕੀ ਆਹ ਉਰੇ ਜਿਹੜਾ ਝਾੜ ਸੁਸਰਾ ਹੋ ਰਿਹਾ, ਗਾਜਰ ਬੂਟੀ ਆਹ ਸੁੱਖਾ ਸੁੱਖਾ, ਔਰ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ, ਇੱਕ ਤਾਂ ਪਰਿਵਾਰ ਵਾਸਤੇ ਪੂਰੇ ਜ਼ੋਰ ਨਾਲ ਮੰਗ ਕਰਦੇ ਹਾਂ, ਪੰਚਾਇਤ ਵੱਲੋਂ ਵੀ ਇਹਨਾਂ ਨੂੰ ਜੋ ਵੀ ਇਹਨਾਂ ਦਾ ਬਣਦਾ ਦਿੱਤਾ ਜਾਵੇ ਮੁਆਵਜ਼ਾ, ਕਿਉਂਕਿ ਇੱਕ ਗਰੀਬ ਪਰਿਵਾਰ ਹੈ, 2 ਇਹਨਾਂ ਦੇ ਸਹਾਰਾ ਸੀ ਬੱਚੀਆਂ, 2 ਅੱਜ ਨਹੀਂ ਰਹੀਆਂ। ਅਤੇ ਇੱਕ ਪਿੰਡ ਦੀ ਸਫਾਈ ਵਾਸਤੇ ਜਿਵੇਂ ਆਹ ਤੁਸੀਂ ਦੇਖ ਹੀ ਲਿਆ, ਉਰੇ ਝਾੜ ਸੁਸਰਾ ਹੋ ਰਿਹਾ, ਸੱਪਾਂ ਦੀ ਘਰ ਹੈ, ਜਿਹੜਾ ਸੱਪ ਸੱਪਣੀ ਮਾਰੀ ਆ ਉਹ ਇੱਕ ਜੋੜਾ ਸੀ, ਸੱਪ ਅਤੇ ਸੱਪਣੀ ਸੀ, ਉਹਨਾਂ ਦੇ ਬੱਚ ਦਿੱਤੇ ਹੋਏ ਨੇ, 2-3 ਤਾਂ ਹੁਣ ਤੁਹਾਡੇ ਸਾਹਮਣੇ ਉਰੇ ਮਾਰੇ ਨੇ, 'ਚ ਦਹਿਸ਼ਤ ਦਾ ਮਾਹੌਲ ਹੈ ਸੱਪਾਂ ਨੂੰ ਲੈ ਕੇ। ਇੱਕ ਪਿਛਲੇ ਦਿਨੀ ਸਾਡੇ ਇੱਕ ਹੋਰ ਮੁੰਡੇ ਨੂੰ ਕੱਟਿਆ ਸੀ, ਚਲੋ ਗੁਰੂ ਮਹਾਰਾਜ ਦੀ ਕਿਰਪਾ ਨਾਲ ਉਹਦੀ ਜਾਨ ਬਚਾਈ ਜਾ ਸਕੇ, ਅਸੀਂ ਲੈ ਗਏ ਸੀ ਬਡਰੁੱਖਾਂ ਉਹਨੂੰ ਚੱਕ ਕੇ। ਆਏ ਟਾਈਮ ਦੇ ਵਿੱਚ ਇਹਦਾ ਬਹੁਤ ਭਿਆਨਕ ਸਿੱਟੇ ਨਿਕਲਣਗੇ ਜੀ, ਜਿੰਨਾ ਹੁਣ ਆਪਾਂ ਦੇਖ ਰਹੇ ਹਾਂ ਕਿ ਇਹ ਤੰਕ ਮਚਾ ਰੱਖਿਆ ਸੱਪਾਂ ਨੇ। ਹਰ ਇੱਕ ਬੰਦਾ ਖੇਤ ਬੰਨੇ ਜਾਂਦਾ ਬਹੁਤ ਜ਼ਿਆਦਾ ਡਰ ਦੇ ਮਾਹੌਲ 'ਚ ਹੈ ਵੀ ਕਿਤੇ ਇੱਥੋਂ ਨਾ ਨਿਕਲਿਆ ਵੇ, ਇੱਥੋਂ ਨਾ ਨਿਕਲਿਆ ਵੇ। A to Z Problem Solution, World Famous Black Magic Expert.